ਗੈਰ ਕਾਨੂੰਨੀ ਟੰਗ ਦੇ ਨਾਲ ਕਿਸ਼ਤੀ ਰਾਹੀ ਕੈਨੇਡਾ ਤੋਂ ਯੂਐਸ ਦੇ ਵਿੱਚ ਦਾਖਲ ਹੋਣ ਦੇ ਦੌਰਾਨ ਕਿਊਬੈਕ ਨਿਊਯਾਰਕ ਸਰਹੱਦ ਤੇ ਇੱਕ ਨਦੀ ਵਿੱਚ ਡੁੱਬ ਕੇ ਮਰੇ 8 ਲੋਕਾਂ ਦੇ ਵਿੱਚ ਸ਼ਾਮਲ ਭਾਰਤੀ ਪਰਿਵਾਰ ਦੀ ਪਛਾਣ ਹੋ ਗਈ ਹੈ ਇਹ 4 ਮੈਂਬਰਾਂ ਦਾ ਭਾਰਤੀ ਪਰਿਵਾਰ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਦੇ ਇੱਕ ਪਿੰਡ ਨਾਲ ਸੰਬੰਧਿਤ ਹੈ ਮ੍ਰਿਤਕਾਂ ਦੇ ਵਿੱਚ ਇੱਕ ਜੋੜਾ ਤੇ ਉਹਨਾਂ ਦੇ ਦੋ ਬਾਲਗ ਬੱਚੇ ਸ਼ਾਮਲ ਨੇ ਹੁਣ ਤੱਕ ਕੁੱਲ 8 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਕੈਨੇਡੀਅਨ ਪੁਲਿਸ ਨੇ ਕਿਹਾ ਕਿ ਮ੍ਰਿਤਕ ਜੋ ਕਿ ਓਕਵੇਸੋਨ ਨੇ ਨੇਡਸੈਂਟ ਲਾਰੈਂਸ ਨਦੀ ਦੇ ਕੰਢੇ ਤੋਂ ਮਿਲੇ ਸੀ ਮੰਨਿਆ ਜਾਂਦਾ ਹੈ ਕਿ ਉਹ ਭਾਰਤੀ ਅਤੇ ਰੂਮਾਨੀਆ ਮੂਲ ਦੇ ਦੋ ਪਰਿਵਾਰਸੀ ਅਤੇ ਅਮਰੀਕਾ ਜਾ ਰਹੇ ਸਨ ਅਕਵੇਸਾਨ ਨੇ ਮੋਹੌਕ ਪੁਲਿਸ ਨੇ ਬਿਆਨ ਚ ਕਿਹਾ ਹੁਣ ਕੁੱਲ ਮਿਲਾ ਕੇ 8 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਮੌਤ ਨਾਲ ਜੁੜੇ ਹਾਲਾਤਾਂ ਦੀ ਜਾਂਚ ਜਾਰੀ ਹੈ ਸ਼ਨੀਵਾਰ ਨੂੰ ਪੁਲਿਸ ਨੇ ਨਦੀ ਨੇੜੇੋਂ ਮਿਲੇ ਰੂਮਾਨੀਆ ਮੂਲ ਦੇ ਦੋ ਲੋਕਾਂ ਦੀ ਪਛਾਣ 28 ਸਾਲਾ ਫਲੋਰਿਨ ਅਤੇ 28 ਸਾਲਾ ਕ੍ਰਿਸਟੀਨਾ ਵਜੋਂ ਕੀਤੀ ਸੀ